ਦੋਸਤੋ ਕਿਵੇਂ ਹੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਦੋਸਤੋ, ਜੋ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ। ਜੀ ਦੋਸਤੋ, ਇਹ ਜਿਹੜੇ ਬੋਲ ਨੇ ਇਹ ਨੇ ਆਪਣੇ ਮਨਪਸੰਦੀਦਾ ਕਲਾਕਾਰ, ਸਿੰਗਰ, ਐਕਟਰ ਅਤੇ ਵਿਹਲੀ ਜਨਤਾ ਰਿਕਾਰਡ ਦੇ ਜਿਹੜੇ ਡਾਇਰੈਕਟਰ ਤਰਸੇਮ ਸਿੰਘ ਜੱਸੜ। ਦੋਸਤੋ, ਪੂਰੀ ਵੀਡੀਓ ਅਤੇ ਪੂਰੀ ਖਬਰ ਸੁਣਨ ਲਈ ਸਭ ਤੋਂ ਪਹਿਲਾਂ ਲਾਈਕ ਕਰਿਓ, ਕਮੈਂਟ ਕਰਿਓ ਅਤੇ ਆਪਣੇ ਤਰਸੇਮ ਜੱਸੜ ਬਾਈ ਲਈ 2-4 ਲਾਈਨਾਂ ਜ਼ਰੂਰ ਲਿਖਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਚਲੋ ਕਰਦੇ ਹਾਂ ਆਪਾਂ ਪੂਰੀ ਖਬਰ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਚਲੋ ਕਰਦੇ ਹਾਂ ਵੀਡੀਓ ਸ਼ੁਰੂ। ਹਾਂਜੀ ਦੋਸਤੋ, ਤਰਸੇਮ ਜੱਸੜ ਨੇ ਸਿੰਮੀ ਚਹਿਲ ਦੀ ਫਿਲਮ ਰੱਬ ਦਾ ਰੇਡੀਓ ਤੋਂ ਬਾਅਦ ਹੁਣ ਉਹਨਾਂ ਦੀ ਨਵੀਂ ਫਿਲਮ ਰੱਬ ਦਾ ਰੇਡੀਓ 2 ਆ ਗਈ ਹੈ। ਦੋਸਤੋ, ਸਿੰਮੀ ਚਹਿਲ ਉਹੀ ਰੋਲ ਹੈ ਜੋ ਰੱਬ ਦਾ ਰੇਡੀਓ ਵਿੱਚ ਸੀਗਾ। ਐਤਵਾਰ ਨੂੰ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਪਹੁੰਚੇ ਤਰਸੇਮ ਜੱਸੜ ਅਤੇ ਸਿੰਮੀ ਚਹਿਲ। ਫਿਲਮ ਦੀ ਪੂਰੀ ਸਟਾਰਕਾਸਟ ਟੀਮ ਫਰੀਦਕੋਟ ਦੇ ਬਾਬਾ ਫਰੀਦ ਕਾਲਜ ਪਹੁੰਚੀ ਸੀ। ਦੋਸਤੋ, ਇਸ ਮੌਕੇ 'ਤੇ ਮੁੱਖ ਕਿਰਦਾਰ ਨਿਭਾਉਣ ਵਾਲੇ ਤਰਸੇਮ ਜੱਸੜ ਨੇ ਕਿਹਾ ਕਿ ਰੱਬ ਦਾ ਰੇਡੀਓ ਤੋਂ ਬਾਅਦ ਹੁਣ ਉਹਨਾਂ ਦੀ ਦੂਜੀ ਫਿਲਮ ਰੱਬ ਦਾ ਰੇਡੀਓ 2 ਆ ਰਹੀ ਹੈ। ਦੋਸਤੋ, ਇਹ ਫਿਲਮ ਜਿਸ ਵਿੱਚ ਸਾਰੇ ਕਿਰਦਾਰ ਪਹਿਲੀ ਫਿਲਮ ਵਿੱਚ ਹੀ ਰੱਖੇ ਗਏ ਹਨ। ਰੱਬ ਦਾ ਰੇਡੀਓ 2 29 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ। ਦੋਸਤੋ, ਇਸ ਫਿਲਮ ਵਿੱਚ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੋਂ ਬਾਅਦ ਦੀ ਕਹਾਣੀ ਹੈ। ਇਸ ਵਾਰ ਇਹ ਪਰਿਵਾਰ ਦੇ ਰਿਸ਼ਤਿਆਂ 'ਤੇ ਮਾਣ 'ਤੇ ਕੇਂਦਰਿਤ ਹੋਵੇਗੀ। ਇਸ ਫਿਲਮ ਦੇ ਹੀ ਨਾਲ ਜੱਸੜ ਨੇ ਕਿਹਾ ਕਿ ਮਾਂ ਬਾਪ ਤੋਂ ਵੱਡਾ ਕੋਈ ਨਹੀਂ ਹੁੰਦਾ। ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਇਨਸਾਨ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਹੀ ਨਹੀਂ ਹੁੰਦਾ। ਦੋਸਤੋ, ਬੜੇ ਸੋਹਣੇ ਬੋਲ ਨੇ ਤਰਸੇਮ ਜੱਸੜ ਬਾਈ ਦੇ, ਅਤੇ ਇਸ ਮੌਕੇ 'ਤੇ ਸਿੰਮੀ ਚਹਿਲ ਨੇ ਵੀ ਆਪਣਾ ਪੂਰਾ ਕਿਹਾ ਕਿ ਇਹ ਕਹਾਣੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਜਿਹੜੀ ਆਪਣੇ ਮਾਂ ਪਿਓ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਕਰਦੇ ਨੇ ਉਹ ਆਪਣੀ ਫਿਲਮ, ਅਤੇ ਸਿੰਮੀ ਨੇ ਕਿਹਾ